ਅੱਡਾ ਕੁ ਨਰਮ ਹੈ, ਭਾਵੇਂ ਟੋਟੀ ਨਾ ਜਾਵੇ, ਇੰਝ ਫੜ ਲਵੋ। ਰਾਮ ਸਾਹਿਬ, ਅੱਜ ਜਿਹੜੀ ਤੁਹਾਨੂੰ ਅਸੀਂ ਚੀਜ਼ ਖਿਲਾ ਰਹੇ ਨਾ, ਉਹਦਾ ਨਾਮ ਹੈਗਾ ਜੈਪਨੀਜ਼ ਚੀਜ਼ ਕੇਕ। ਜੈਪਨੀਜ਼ ਕੀ ਚੀਜ਼ ਕੇਕ? ਜੈਪਨੀਜ਼ ਚੀਜ਼ ਕੇਕ, ਜੈਪਨੀਜ਼ ਚੀਕਾਂ ਦਾ ਕੇਕ, ਇਹ ਨਵਾਂ ਨਾਮ ਕਰ ਦਿੱਤਾ ਇਹਨੇ। ਜਪਾਨ ਦਾ ਕੇਕ? ਇਹ ਸਾਰੇ ਇਟਲੀ ਵਾਲਿਆਂ ਦੇ ਕੰਮ ਨੇ। ਕਦੀ ਅੱਲਾ ਕਰੇ ਮੈਂ ਇਟਲੀ ਜਾਵਾਂ ਅਤੇ ਮੈਂ ਉਹਨਾਂ ਦੀ ਆਦਤ ਹਟਾ ਦਿਆਂ ਚੀਜ਼ ਖਾਣ ਵਾਲੀ। ਉਹਨਾਂ ਨੇ ਕਹਾਂ ਕੋਈ ਚੰਗੀ ਚੀਜ਼ ਖਾਇਆ ਕਰੋ, ਤੁਸੀਂ ਕੀ ਚੀਜ਼ ਹੀ ਖਾਂਦੇ ਰਹਿੰਦੇ ਹੋ। ਮਲਾਈ ਵਾਲਾ ਕੇਕ, ਉਹ ਇਹ ਹੁਣ ਚੀਜ਼ ਵਾਲਾ ਕੇਕ ਆ ਗਿਆ। ਚੀਜ਼ ਵਾਲਾ ਪੀਜ਼ਾ ਵਾਲਾ ਖਾਂਦੇ ਨੇ, ਮੇਰਾ ਚੀਜ਼ ਵਾਲਾ ਪੀਜ਼ਾ ਹੁੰਦਾ ਕੇਕ। ਚੀਜ਼ ਵਾਲਾ ਕੇਕ ਖਾਈਏ ਤਾਂ ਇਹ ਵੇਖੀਏ ਕਿ ਇਹਦਾ ਕੀ ਹਿਸਾਬ, ਕੀ ਜ਼ਾਇਕਾ ਹੈਗਾ ਇਹਦਾ। ਜੈਪਨੀਜ਼ ਚੀਜ਼ ਕੇਕ ਕੋ ਪੇਸ਼ ਕੀਆ ਜਾਏ। ਬਾਤ ਯਾਰ, ਸੁਭਾਨ ਅੱਲਾਹ, ਮਾਸ਼ਾਅੱਲਾਹ। ਆਹ ਦੇਖੋ ਭਾਈ, ਇਹ ਕੇਕ ਨਹੀਂ ਲੱਗ ਰਿਹਾ ਮੈਨੂੰ ਇਸ ਟਾਈਮ। ਇਹ ਚੀਜ਼ ਕੇਕ ਘੱਟ ਤੇ ਨਹਾਉਣ ਵਾਲਾ ਸਾਬਣ ਬਹੁਤਾ ਲੱਗਦਾ ਹੈ ਪਿਆ। ਇਹ ਦੇਖੋ ਨਾ ਕਿੰਨਾ ਨਰਮ ਹੈਗਾ। ਵਾਹ, ਬੰਦਾ ਵੱਡਾ ਸਾਰਾ ਬਣਾ ਕੇ ਉੱਤੇ ਸੌ ਜਾਵੇ, ਫੋਮ ਦੀ ਲੋੜ ਹੀ ਨਾ ਪਵੇ। ਰੋਈ ਨੀ ਦਰੋਈ, ਰੋਈ ਵਾਲਾ ਹਿਸਾਬ ਇਸ ਕੇਕ ਦਾ। ਉਹ ਬੜਾ ਨਰਮ ਜਿਹਾ ਹੈਗਾ ਇਹਦਾ, ਇਹਦੇ ਇੰਝ ਹੈਗਾ ਜੀ ਕਪਾਹ ਨਹੀਂ ਜੀ, ਰੂੰ ਜੀ ਬੜੀ ਨਰਮ ਅਤੇ ਨਾਜ਼ੁਕ ਜਿਹਾ, ਜਾਂ ਜਿਵੇਂ ਰੂੰ ਬਾਲੂ ਲਾ ਲਓ, ਉਹਨੂੰ ਵੀ ਦਬਾਉਣ 'ਤੇ ਬੜਾ ਨਰਮ ਜਿਹਾ ਹੁੰਦਾ। ਇਹਨਾਂ ਨੇ ਚੀਜ਼ ਮਿਕਸ ਕਰਕੇ ਨਾ ਵਿੱਚ, ਅਤੇ ਫਿਰ ਕੇਕ ਤਿਆਰ ਕੀਤਾ। ਹਾਏ ਹਾਏ ਹਾਏ, ਕੀ ਮਿੱਠੀ ਖੁਸ਼ਬੂ ਆਈ। ਇੱਥੇ ਬਿਸਕੁਟ ਹੁੰਦਾ ਨਾ ਚੀਨੀ ਵਾਲੇ, ਜਾਂ ਬੰਦ ਡੱਬਰ ਰੋਟੀ ਨਹੀਂ ਲੈਂਦੇ ਸੀ, ਉਹ ਬੰਦ ਦੀ ਤਰ੍ਹਾਂ ਹੀ। ਇਹ ਦੇਖੋ ਕਿਆ ਬਾਤ ਹੈ, ਯਕੀਨ ਕਰੋ ਬਹੁਤ ਹੀ ਨਰਮ ਕੇਕ ਹੈ। ਬਿਸਮਿਲ੍ਲਾਹ ਬਿਸਮਿਲ੍ਲਾਹ। ਤੁਸੀਂ ਖਾਓਗੇ? ਮੈਂ ਹੀ ਖਾ ਲੈਂਦਾ। ਮੱਖਣ ਮਲਾਈ, ਇਹ ਉਹ ਹਿਸਾਬ ਹੈ ਦਾ। ਇਹ ਤਾਂ ਇੰਝ ਲੱਗਦਾ ਜੀ ਇੰਝ ਦਾ ਮੱਖਣ ਨਹੀਂ ਹੁੰਦਾ, ਮੱਖਣ ਦਾ ਵੀ ਪੇੜੇ ਦਾ ਕੱਟਿਆ ਹੋਇਆ। ਹੁਣ ਤੁਸੀਂ ਤਾਂ ਇਹ ਸਮਝਦੇ ਹੋ ਕਿ ਮੈਂ ਕੈਮਰਾਮੈਨ ਨੂੰ ਸਲਾਹ ਮਾਰਨਾ, ਉਹ ਕੈਮਰਾਮੈਨ ਦੇ ਥਰੂ ਤੁਹਾਨੂੰ ਸਾਰਿਆਂ ਨੂੰ ਸਲਾਹ ਮਾਰੀ ਦੀ ਹੈ। ਸ਼ੇਅਰਿੰਗ ਇਜ਼ ਕੇਅਰਿੰਗ ਇਜ਼ ਹੇਅਰਿੰਗ। ਗਾਣਾ ਕਹਿਣਾ ਦੁੱਧ ਮੱਖਣਾ ਦੀ ਪਹਿਲੀ। ਕੇਕ ਦਾ ਪਤਾ, ਕੇਕ ਮੂੰਹ 'ਚ ਪਾਉਣ ਦੀ ਦੇਰ ਤਾਂ ਆਪ ਹੀ ਖੁਰ ਗਿਆ। ਇਹਦੇ ਸ਼ਾਇਦ ਖਤਾਈ ਇੱਕ ਮਿਲਦੀ ਹੈ, ਉਹ ਵੀ ਦੇਸੀ ਘਿਓ ਬਣਾਉਂਦੇ, ਉਹ ਵੀ ਬੜੀ ਖਸਤੀ ਅਤੇ ਬੜੀ ਨਰਮ ਜਿਹੀ ਖਤਾਈ ਬਣਦੀ ਹੈ। ਉਹਦਾ ਜ਼ਾਇਕਾ ਵੀ ਇੰਨਾ ਰਲਦਾ ਮਿਲਦਾ। ਆਮ ਕੇਕਾਂ ਨਾਲ ਮਿਲਦਾ ਜੁਲਦਾ ਤਾਂ ਨਹੀਂ ਹੈ, ਲੇਕਿਨ ਜੁਦਾ ਇੱਕ ਇੱਕ ਆਪਣਾ ਹੀ ਜ਼ਾਇਕਾ ਇਹਦਾ। ਇਹ ਇੱਦਾਂ ਉਹ ਜ਼ਾਇਕਾ ਹੈਗਾ ਕਿ ਜਿਸ ਤਰ੍ਹਾਂ ਕਿ ਤੁਸੀਂ ਦੁੱਧ ਦੇ ਵਿੱਚ ਮਤਲਬ ਬੰਦ ਡਬੋ ਲਓ। ਇਹ ਜਿਸ ਤਰ੍ਹਾਂ ਦੁੱਧ ਜਾਂ ਦਹੀਂ ਦੀ ਮਲਾਈ ਨਹੀਂ ਹੁੰਦੀ, ਮਿੱਠਾ ਪਾ ਕੇ ਬੰਦਾ ਖਾ ਰਿਹਾ ਹੋਵੇ, ਉਹੋ ਜਿਹਾ ਜ਼ਾਇਕਾ ਇਹਦਾ। ਕੇਕ ਬਹੁਤ ਖਾਧੇ ਨੇ, ਲੇਕਿਨ ਇਹ ਜਿਹੜਾ ਕੇਕ ਹੈ ਨਾ, ਹਾਂਜੀ, ਚੀਜ਼ ਦਾ ਜ਼ਾਇਕਾ ਵੀ ਆ ਗਿਆ, ਨਾ ਮਲਾਈ ਦਾ ਜ਼ਾਇਕਾ ਵੀ ਆ ਗਿਆ। ਹਮੇਸ਼ਾ ਆਪਣੇ ਦੁੱਧ ਵਗੈਰਾ ਬਣਾਇਆ ਗਿਆ, ਮਿੱਠਾ ਵੀ ਬਰਾਬਰ ਦਾ ਹੈ, ਕਰੀਮ ਵੀ ਬਰਾਬਰ ਦੀ, ਹਰ ਚੀਜ਼ ਉਹਨਾਂ ਨੇ ਬਰਾਬਰ ਦੀ ਰੱਖ ਕੇ ਇਹਦੇ ਵਿੱਚ, ਅਤੇ ਉਹਨਾਂ ਨੇ ਓਵਨ 'ਚ ਪਾਇਆ, ਓਵਨ 'ਚ ਪਾ ਕੇ ਉਹਨਾਂ ਨੇ ਤਿਆਰ ਕੀਤਾ। ਤਿੰਨ ਚੀਜ਼ਾਂ ਦੇ ਨਾਲ ਤਿਆਰ ਹੋਇਆ, ਅਤੇ ਇੰਨੀ ਕੁ ਇਹਦੀ ਮਿੱਠੀ ਖੁਸ਼ਬੂ। ਇਹ ਪੱਕਦਾ ਹੋਵੇ ਨਾ, ਕੋਈ ਚੀਜ਼ ਪੱਕਦੀ ਹੁੰਦੀ ਨਾ ਜਦੋਂ, ਤਾਂ ਇੰਨੀ ਖੁਸ਼ਬੂ ਨਿਕਲਦੀ ਉਹਦੇ 'ਚ, ਇੰਝ ਪੂਰੇ ਇਲਾਕੇ 'ਚ ਫੈਲਦੀ, ਘਰ 'ਚ ਬਾਹਰ ਨਿਕਲਦੀ। ਜਿਹੜਾ ਜਿਹੜਾ ਬੰਦਾ ਸੁੰਘਦਾ ਨਾ, ਉਹ ਕਹਿੰਦਾ ਯਾਰ ਕੋਈ ਚੀਜ਼ ਪੱਕ ਰਹੀ। ਇਹ ਉਹ ਚੀਜ਼ ਹੈਗੀ ਕਿ ਬਾਕੀ ਕੇਕ ਬਣਿਆ ਹੋਇਆ ਉਹਨਾਂ ਨੇ। ਅਸੀਂ ਤਾਂ ਕਦੀ ਸੁਣਿਆ ਹੀ ਨਹੀਂ ਸੀ ਕਿ ਚੀਜ਼ ਦੀ ਜਿਹੜੀ ਹੈ ਕੇਕ 'ਚ ਵੀ ਪੈ ਸਕਦੀ ਹੈ। ਇਹਨੂੰ ਅਸੀਂ ਖਾਧਾ ਪਤਾ ਲੱਗਿਆ ਕਿ ਵੀ ਚੀਜ਼ ਦਾ ਕੇਕ ਵੀ ਹੈ। ਕਿਆ ਬਾਤਾਂ ਨੇ।
ਜਿਸ ਤਰ੍ਹਾਂ ਅਸੀਂ ਕੇਕ ਹੈਪੀ ਬਰਥਡੇ ਨਹੀਂ ਮਨਾਉਂਦੇ, ਬਿਲਕੁਲ ਉਸੇ ਤਰ੍ਹਾਂ ਹੈ। ਲੇਕਿਨ ਫਰਕ ਇੰਨਾ ਹੈਗਾ ਕਿ ਇਹਦੇ 'ਚ ਚੋਕਲੇਟ ਨਹੀਂ ਹੈ। ਜਿਹੜਾ ਹੁਣ ਇਹ ਵਾਲਾ ਜੈਪਨੀਜ਼ ਖਾ ਰਹੇ ਹਾਂ ਉਹਦੇ 'ਚ ਅਤੇ ਉਹਨਾਂ ਕੇਕਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਫਰਕ ਹੈ ਬਹੁਤ। ਕਿਉਂਕਿ ਇਹਦੇ ਵਿੱਚ ਚੀਜ਼ ਮਿਕਸ ਹੋ ਗਈ ਹੈ, ਉਹ ਗਲੇ ਦੇ ਵਿੱਚ ਇੱਥੇ ਆ ਕੇ ਫਸ ਜਾਂਦਾ ਹੈ, ਅੰਦਰ ਜਾਣਾ ਮੁਸ਼ਕਲ, ਪਾਣੀ ਦਾ ਆਸਰਾ ਲੈਣਾ ਪੈਂਦਾ ਆ, ਬੰਦੇ ਨੂੰ ਥੱਲੇ ਧੱਕੇ ਨਾ ਕਰਨਾ, ਇਹਨੂੰ ਤੂੰ ਮੂੰਹ 'ਚ ਪਾਉਣਾ, ਇੰਨੇ ਨੇ ਆਪੇ ਹੀ ਜਾਏ ਥੱਲੇ। ਮੈਂ ਵੈਸੇ ਇਹੋ ਜਿਹਾ ਕੇਕ ਨਹੀਂ ਅਜੇ ਤੀਕਰ ਖਾਧਿਆ। ਕੇਕ ਖਾਓ ਨਾ ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਦਾ ਨਾ, ਕੋਲ ਪਾਣੀ ਦਾ ਗਲਾਸ ਨਾ ਹੋਏ ਤਾਂ ਗਲੇ ਨੂੰ ਜਕੜ ਬੰਜੂ ਲਾ ਦਿੰਦਾ। ਨਾ ਇਹਨੂੰ ਅਸੀਂ ਚਬਾਇਆ ਜਾ ਰਿਹਾ, ਬਿਲਕੁਲ ਡਾਇਰੈਕਟ ਅੰਦਰ ਜਾ ਰਿਹਾ ਔਰ ਇੰਨਾ ਮੁਲਾਇਮ ਇੰਜ ਮੱਖਣ ਦੀ ਤਰ੍ਹਾਂ ਉਤਰਦਾ ਜਾ ਰਿਹਾ ਹਲਕ ਦੇ ਵਿੱਚ। ਇਸ ਤਰ੍ਹਾਂ ਦਾ ਨਰਮ ਕੇਕ ਅੱਜ ਪਹਿਲੀ ਦਫ਼ਾ ਖਾਧਾ, ਕੇਕ ਬੜੇ ਖਾਧੇ ਨੇ। ਮੈਨੂੰ ਅੱਜ ਸਮਝ ਆਈ ਹੈ ਕਿ ਉਹ ਮਜ਼ਬੂਤ ਚੀਜ਼ਾਂ ਕਿਉਂ ਬਣਾਉਂਦੇ ਨੇ, ਕਿਉਂਕਿ ਉਹ ਖਾਣਾ ਹੀ ਮਜ਼ਬੂਤ ਖਾਂਦੇ ਨੇ ਅਤੇ ਉਹਨਾਂ ਦੇ ਦਿਮਾਗ ਵੀ ਮਜ਼ਬੂਤ ਹੋ ਜਾਂਦੇ ਨੇ, ਫਿਰ ਉਹ ਮਜ਼ਬੂਤ ਚੀਜ਼ਾਂ ਬਣਾਉਂਦੇ ਨੇ। ਉਹ ਹੁਣ ਇੰਨੇ ਕੇਕ ਖਾ ਲਏ ਨੇ ਕਿ ਕੇਕਾਂ ਦੀ ਜਿਹੜੀ ਹੈ ਨਾ ਉਹ ਵੀ ਪਤਾ ਚੱਲ ਗਿਆ ਕਿ ਸਭ ਤੋਂ ਪਹਿਲੇ ਕੇਕ ਬਣਾਇਆ ਕਿੰਨੇ ਸੀ। ਹੁਣ ਪੁੱਛੋ ਕਿੰਨੇ ਬਣਾਇਆ ਸੀ, ਆਖਿਰ ਕਿਸੇ ਬੇਕਰੀ ਵਾਲੇ ਨੇ ਬਣਾਇਆ ਹੋਏਗਾ ਜੀ, ਹੋਰ ਕਿੰਨੇ ਬਣਾਉਣਾ, ਮੈਂ ਤਾਂ ਨਹੀਂ ਨਾ ਬਣਾਇਆ। ਕੇਕ ਦਾ ਪਤਾ, ਕੇਕ ਮੂੰਹ 'ਚ ਪਾਉਣ ਦੀ ਦੇਰ ਤਾਂ ਆਪ ਹੀ ਖੁਰ ਗਿਆ, ਯਾਨੀ ਕਿ ਜਿਹੜੇ ਬੰਦੇ ਦੇ ਦੰਦ ਨਹੀਂ ਨਾ ਹੈਗੇ ਉਹ ਵੀ ਇਹਨੂੰ ਖਾ ਸਕਦਾ, ਉਹ ਵੀ ਇਹਦਾ ਮਜ਼ਾ ਲੈ ਸਕਦਾ। ਅਤੇ ਇੱਥੇ ਵੱਡਾ ਸਾਰਾ ਹੋਵੇ ਨਾ ਜਪਾਨ ਮੈਂ ਜਾਵਾਂਗਾ, ਉਹਨੂੰ ਕਹਾਂਗਾ ਯਾਰ ਉਹ ਚੀਜ਼ ਕੇਕ ਕਿੱਥੇ ਹੈਗਾ ਤੁਹਾਡਾ, ਜ਼ਰਾ ਉਹ ਲਿਆਓ, ਪੂਰਾ ਹੀ ਮੈਂ ਖਾਵਾਂਗਾ ਜਿਹੜਾ ਉਹ ਬਣਿਆ ਹੋਇਆ ਸੀ। ਅੱਡਾ ਕੁ ਨਰਮ ਹੈ ਭਾਵੇਂ ਟੋਟੀ ਨਾ ਜਾਵੇ, ਇੰਝ ਫੜ ਲਵੋ। ਜੇ ਅਸੀਂ ਕੇਕ ਖਾ ਲਏ ਜਨਾਬ ਇੰਝ ਲੱਗਦੇ ਜਿਵੇਂ ਅਸੀਂ ਜਪਾਨੀ ਝੀਲ 'ਤੇ ਬੈਠੇ ਹੋਏ ਹਾਂ, ਝੀਲ ਦੇ ਅੱਗੇ ਟੇਬਲ ਲੱਗਾ ਹੈ, ਇੰਜੋਇਮੈਂਟ ਹੋ ਰਹੀ ਹੈ, ਅਸੀਂ ਜਪਾਨ ਦਾ ਅਸੀਂ ਕੇਕ ਖਾ ਰਹੇ ਹਾਂ, ਬੜਾ ਮਜ਼ੇਦਾਰ। ਇਹ ਤਾਂ ਅਸੀਂ ਬਾਅਦ ਜਾਣਾ ਜਦੋਂ ਬਾਅਦ ਪਤਾ ਲੱਗਣਾ ਜੀ ਅਸੀਂ ਪਾਕਿਸਤਾਨ ਫਿਰਿਆ ਨੇ, ਹੁਣ ਸਾਡਾ ਵੇਟ ਮੈਂ ਨਹੀਂ ਕਿ ਅਸੀਂ ਬਾਅਦ ਜਪਾਨ ਬੈਠੇ ਜਪਾਨੀ ਕੇਕ ਅਸੀਂ ਖਾ ਰਹੇ ਹਾਂ। ਬਹੁਤ ਮਜ਼ੇਦਾਰ ਹੈ, ਮੈਨੂੰ ਬਹੁਤ ਮਜ਼ਾ ਆਇਆ, ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਅੱਜ ਜਪਾਨ ਦੀ ਚੀਜ਼ ਖਾਧੀ ਹੈ। ਪਰ ਜੀ ਕੇਕ ਦੀ ਕਿਆ ਹੀ ਬਾਤ ਹੈ, ਜਿੰਨੀ ਤਾਰੀਫ ਕੀਤੀ ਜਾ ਉਨੀ ਥੋੜ੍ਹੀ ਜੀ, ਬਾਕੀ ਬਹੁਤ ਮਜ਼ੇਦਾਰ ਕੇਕ ਹੈ ਜੀ। ਤੁਸੀਂ ਸਾਡੀ ਵੀਡੀਓ ਨੂੰ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਵੇ, ਨਾਲੇ ਪੈਟਰੀਓਨ 'ਤੇ ਵੀ ਸਾਨੂੰ ਇੱਥੇ ਸਪੋਰਟ ਕਰਿਆ ਕਰੋ, ਇੱਥੇ ਵੀ ਕਲਿੱਕ ਕਰ ਦਿਆ ਕਰੋ, ਸਾਡੀ ਵੀਡੀਓ ਦੇ ਨਜ਼ਾਰੇ ਲਿਆ ਕਰੋ, ਨਾਲੇ ਤੁਹਾਨੂੰ ਮਜ਼ੇ ਆਉਣਗੇ, ਇੰਜੋਏ ਕਰੋਗੇ। ਅੱਲਾ ਹਾਫਿਜ਼। ਜੇ ਦੰਦ ਨਾ ਹੋਣ ਉਹਨੂੰ ਇੱਕ ਇੱਕ ਖਵਾਇਆ ਜਾਏ, ਮਜ਼ੇ ਨਾ ਖਾਏ। ਕਿਆ ਮਜ਼ਾ ਆਇਆ ਉਸ ਤਰੀਕੇ।